ਮਿਹਰਬਾਨੀ ਮੈਂ ਮੜਿਆ ਗੱਲ ਕਰ ਲਾਂ ਜ਼ਰੂਰੀ ਆਪ ਕੋਲ ਵਾਲੀ ਆ ਲਿਆ ਔਰ ਇੱਕ ਮਿੰਟ ਮੇਰੇ ਲਿਆ ਔਰ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਸੇ ਤਾਂ ਮੇਰੀ ਜਿਹੜੀ ਆਵਾਜ਼ ਆ ਹੁਣ ਕੁਝ ਕੁ ਸਾਡੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਜਿਹੜੀ ਮੈਂ ਗੱਲ ਲੋਕਾਂ ਦੇ ਹਿੱਤਾਂ ਦੇ ਵਿੱਚ ਬੋਲਦਾ ਵੀਰਿਆ ਟੋਲਾ ਤੇ ਪਹਿਲਾਂ ਹੀ ਬਹੁਤ ਵਾਰੀ ਲੜਾਈ ਹੋਈ ਆ ਪੰਜਾਬੀ ਮੁੰਡਿਆਂ ਖਾਤਰ ਲੜਾਈ ਹੋਈ ਵੀ ਸਾਡੇ ਪੰਜਾਬੀ ਮੁੰਡੇ ਰੱਖੋ ਜੇ ਕਿਤੇ ਕਿਸੇ ਨੂੰ ਬਾਹਰ ਕੱਢ ਦੇਣ ਉਹਨਾਂ ਖਾਤਰ ਵੀ ਲੜਾਈ ਹੋਈ ਆ ਪਰ ਜਿਹੜਾ ਮੈਂ ਮੁੱਦਾ ਹੈ ਲੋਕਾਂ ਦੇ ਸਾਹਮਣੇ ਲੱਖਣ ਲੱਖਣ ਰਹੀ ਜਾ ਰਹੇ ਤੇ ਅਸੀਂ ਪਰਚੀ ਪੁਆਏ ਨੇ ਲੋਕਾਂ ਦੀ ਲੜਾਈ ਲੜੀ ਵੀ ਹੈ ਪਰ ਇਹ ਮੇਰੀ ਆਵਾਜ਼ ਮੈਂ ਸਰਕਾਰ ਤੱਕ ਜਿਹੜੇ ਸਰਕਾਰ ਦੇ ਦਰਬਾਰੇ ਵਿੱਚ ਜ਼ਰੂਰ ਪਹੁੰਚਾਉਣਾ ਚਾਹੁੰਦਾ ਜਿਹੜੇ ਭਗਤ ਝਾੜੂ ਦੇ ਬਣੇ ਬੈਠੇ ਨੇ ਉਹ ਭਗਤ ਜਿਹੜੇ ਮੇਰੇ ਕੇ ਕੁਝ ਕੁ ਮੇਰੇ ਗਲਤ ਪੋਸਟਾਂ ਪਾਈ ਜਾਂਦੇ ਨੇ ਉਹਨਾਂ ਦੀਆਂ ਵੀ ਇੱਥੇ ਗੱਡੀਆਂ ਕਾਰਾਂ ਸਾਰੀਆਂ ਟੋਲਾਂ ਤੋਂ ਲੰਘਦੀਆਂ ਨੇ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਸੰਗਰੂਰ ਜਾ ਰਿਹਾ ਸੀ ਤੁਹਾਨੂੰ ਸਭ ਨੂੰ ਪਤਾ ਕਿ ਉੱਥੇ ਧਰਨਾ ਜਿਹੜਾ ਲੱਗਿਆ ਹੋਇਆ ਤੇ ਇੱਕ ਦੋ ਕੰਮਾਂ ਦੇ ਕਰਕੇ ਮੈਂ ਥੋੜਾ ਲੇਟ ਵੀ ਆ ਪਰ ਜਿਹੜੀ ਇੱਥੇ ਲੁੱਟ ਹੋ ਰਹੀ ਹੈ ਮੈਂ ਮੰਨਦਾ ਕਿ ਜਿਹੜੀਆਂ ਸੜਕਾਂ ਨੇ ਲੋਕਾਂ ਦੀ ਫੈਸਿਲਿਟੀ ਬਣਨ ਲਈ ਬਣਾਈਆਂ ਗਈਆਂ ਨੇ ਸਹੂਲਤਾਂ ਲਈ ਬਣਾਈਆਂ ਗਈਆਂ ਨੇਗੀਆਂ ਇਹ ਚੀਜ਼ ਤਾਂ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਪਰ ਜਿਹੜੀ ਗੁੰਡਾ ਪਰਚੀ ਜਿਹੜੀ 200 ਰੁਪਏ ਜਿਹੜੀ ਪਰਚੀ ਲੱਗ ਰਹੀ ਹੈ ਸਿੰਗਲ ਪਰਚੀ ਜਿਹੜੀ 200 ਰੁਪਏ ਲੱਗ ਰਹੀ ਹੈ ਕਿਤੇ 300 ਰੁਪਏ ਲੱਗ ਰਹੀ ਹੈ ਕਿਤੇ 400 ਰੁਪਏ ਲੱਗ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਵੀ ਇਹ ਤਾਂ ਜਮੀ ਜਿਹੜੀ ਕਹਜੇ ਵੀ ਸ਼ਰਿਆਮ ਲੁੱਟ ਹੈ ਇਹ ਤਾਂ ਕੱਪੜੇ ਲਾਹੁਣ ਵਾਲੀ ਲੁੱਟ ਹੈ ਇਸ ਕਰਕੇ ਇਹ ਗੱਲਾਂ ਸਰਕਾਰ ਤੱਕ ਇਹ ਸਰਕਾਰ ਦੇ ਜਾਂ ਰਾਜਨੀਤਿਕ ਲੀਡਰਾਂ ਦੇ ਧਿਆਨ 'ਚ ਕਦੋਂ ਗੱਲਾਂ ਆਉਣਗੀਆਂ ਹੋਰਾਂ ਮੁੱਦਿਆਂ ਨੂੰ ਲੈ ਕੇ ਬਥੇਰੀ ਲੜਾਈ ਲੜੀ ਜਾਂਦੀ ਆ ਪਰ ਜਿਹੜੀਆਂ ਜਿੰਨੀਆਂ ਵੀ ਇਹ ਕੰਪਨੀਆਂ ਨੇਗੀਆਂ ਜਿੰਨੀਆਂ ਵੀ ਇਹ ਕੰਪਨੀਆਂ ਨੇ ਸਾਰੀਆਂ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨੇਗੀਆਂ ਇਹ ਕੰਪਨੀਆਂ ਦਾ ਜਦੋਂ ਇਹਨਾਂ ਨੇ ਰੋਡ ਬਣਾਇਆ ਮੈਂ ਕਈ ਬੜੇ ਸਗਰਦ ਬੰਦਿਆਂ ਨਾਲ ਚੰਗੇ ਬੰਦਿਆਂ ਨਾਲ ਗੱਲ ਹੋਈ ਕਹਿੰਦਾ ਵੀ ਇੱਥੋਂ ਇੱਕ ਟੋਲ ਦੇ ਉੱਪਰੋਂ ਕਹਿੰਦਾ ਕਰੋੜਾਂ ਰੁਪਏ ਦੀ ਜਿਹੜੀ ਕਮਾਈ ਹੈ 2 ਸਾਲਾਂ ਦੇ ਵਿੱਚ ਕਹਿੰਦਾ ਇਹ ਸਾਰਾ ਜਿਹੜਾ ਟੋਲ ਸਾਰਾ ਜਿੰਨਾ ਵੀ ਇਹਨਾਂ ਨੇ ਸੜਕਾਂ ਬਣਾਉਣ ਤੇ ਪੈਸਾ ਖਰਚ ਕੀਤਾ ਜਿੰਨਾ ਵੀ ਇਹਨਾਂ ਨੇ ਜੋ ਵੀ ਜਿਸ ਤੇ ਪੈਸਾ ਖਰਚ ਕੀਤਾ ਉਹ 2 ਸਾਲਾਂ ਦੇ ਵਿੱਚ ਨਾ ਸਾਰਾ ਪੈਸਾ ਪੂਰਾ ਹੋ ਗਿਆ ਪਰ ਜਿਹੜਾ ਇਹ ਇੰਨਾ ਜ਼ਿਆਦਾ ਟੈਕਸ ਲਗਾਇਆ ਜਾ ਰਿਹਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਆਪਾਂ ਗੱਡੀ ਕਢਾਉਣੇ ਆ ਕਿਸੇ ਗੱਡੀ ਤੇ 15% ਕਿਸੇ ਤੇ 25% ਜਿਹੜਾ ਟੈਕਸ ਅਸੀਂ ਦਿੰਨੇ ਆ ਰੋਡ ਬਣਾਉਣ ਦਾ ਸੜਕਾਂ ਬਣਾਉਣ ਦਾ ਮੈਂ ਇਸ ਚੀਜ਼ ਨੂੰ ਵੀ ਮੰਨਦਾ 40-40% ਤੱਕ ਜਿਹੜਾ ਟੈਕਸ ਲੱਗਦਾ ਮੈਂ ਇਸ ਚੀਜ਼ ਨੂੰ ਵੀ ਮੰਨਦਾ ਕਿ ਹਾਂ ਵੀ ਲੱਗਣਾ ਚਾਹੀਦਾ ਰੋਡ ਟੈਕਸ ਟੋਲ ਟੈਕਸ ਲੱਗਣਾ ਚਾਹੀਦਾ ਪਰ ਯਾਰ ਜਾਇਜ਼ ਤਾਂ ਹੋਣੀ ਚਾਹੀਦੀ ਹੈ 50 ਰੁਪਏ ਦੀ ਪਰਚੀ ਹੋਵੇ 200 ਰੁਪਏ ਦੀ ਜਿਹੜੀ ਪਰਚੀ ਹੈ ਹੱਦ ਹੈ ਇਹ ਕੱਪੜੇ ਲਾਉਣ ਵਾਲੀ ਗੱਲ ਆ ਜੇ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ ਬੰਦਾ ਚੰਡੀਗੜ੍ਹ ਜਾਂਦਾ ਤਾਂ 2000 ਰੁਪਏ ਟੋਲ ਟੈਕਸਾਂ ਦਾ ਹੋ ਗਿਆ ਯਾਰ ਲੋੜੇ ਦੀ ਗੱਲ ਆ ਆਉਣ ਜਾਣ ਦਾ 2000 ਰੁਪਏ ਦਾ ਬਣਦਾ ਟੋਲ ਟੈਕਸ ਦਾ 2000 ਰੁਪਏ ਦਾ ਗੱਡੀ ਤੇਲ ਨਹੀਂ ਖਾਂਦੀ ਇਸ ਕਰਕੇ ਮੈਂ ਇਹ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਵੀ ਕਿਸੇ ਅੰਨੇ ਭਗਤ ਪਾਰਟੀ ਦੇ ਮਣੇ ਮਿੱਠੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਪਹਿਲਾਂ ਵੀ ਇਹ ਲੜਾਈ ਲੜੀ ਹੈ ਇੱਕ ਪਹਿਲੀ ਵਾਰ ਨਹੀਂ ਕਿ ਮੈਂ ਟੋਲ ਪਹਿਲਾਂ ਹੀ ਬਥੇਰੇ ਵਾਰੀ ਭੰਨੇ ਨੇ ਅੰਦੋਲਨ ਤੋਂ ਪਹਿਲਾਂ ਜਥੇਬੰਦੀਆਂ ਨੂੰ ਮੈਂ ਇਹੀ ਗੱਲ ਕਹੀ ਸੀਗੀ ਕਿ ਟੋਲ ਬੰਦ ਕਰਨੇ ਚਾਹੀਦੇ ਨੇ ਅਗਰਾਹਾਂ ਜਥੇਬੰਦੀ ਦੇ ਵਿੱਚ ਸੀਗਾ ਮੈਂ ਉਹਨੂੰ ਮੈਂ ਉਦੋਂ ਅਗਰਾਹਾਂ ਜਥੇਬੰਦੀ ਨੂੰ ਵੀ ਇਹੀ ਗੱਲ ਕਹੀ ਸੀ ਵੀ ਅਸੀਂ ਟੋਲ ਬੰਦ ਕਰੀਏ ਪਰ ਅਸੀਂ ਇਹ ਗੱਲ ਸਰਕਾਰ ਨੂੰ ਕਹਿਣਾ ਚਾਹੁੰਦੇ ਅਸੀਂ ਟੋਲ ਦੇਣ ਨੂੰ ਤਿਆਰ ਹਾਂ ਪਰ ਇਹ ਟੋਲ ਜਿਹੜੇ 200 ਰੁਪਏ ਜਿਹੜੀ ਪਰਚੀ ਹੈ ਇਹ ਬਹੁਤ ਜਿਹੜੀ ਨਜਾਇਜ਼ ਲੋਕਾਂ ਦੀ ਲੁੱਟ ਹੋ ਰਹੀ ਹੈ ਬਹੁਤ ਲੋਕਾਂ ਤੋਂ ਨਜਾਇਜ਼ ਜਿਹੜਾ ਪੈਸਾ ਲੁੱਟਿਆ ਜਾ ਰਿਹਾ ਤਾਂ ਕੱਪੜੇ ਲਾਉਣ ਵਾਲੀ ਗੱਲ ਹੈ ਹੈਸ਼ਟੈਗ ਵਾਲੀ ਗੱਲ ਕਰ ਹੈਸ਼ਟੈਗ ਦੀ ਗੱਲ ਕਰੀਏ ਹੈਸ਼ਟੈਗ ਹੈ ਜਿਹੜਾ ਜਾਣ ਜਿਹੜਾ 150 ਰੁਪਇਆ ਇਹ 200 ਰੁਪਇਆ ਸਿੰਗਲ ਠੋਕਦੇ ਨੇਗੇ ਹੁਣ ਕਈ ਬਾਈਕ ਗੱਲ ਦੇਖੋ ਕਈ ਜਿਹੜਾ ਫਾਸਟੈਗ ਅਸੀਂ ਜਿਹੜਾ ਫਾਸਟੈਗ ਕਈ ਗੱਡੀਆਂ ਦਾ ਨਹੀਂ ਲਵਾ ਸਕਦੇ ਕਈ ਗੱਡੀਆਂ ਮੰਗ ਕੇ ਲਾਉਂਦੇ ਨੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਇਹ ਮੈਂ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਜਿਵੇਂ ਕਿ ਮੈਨੂੰ ਤਾਂ ਸਾਰੇ ਮੁੰਡੇ ਪੰਜਾਬ ਵਾਲੇ ਜਾਣਦੇ ਨੇ ਸਾਰੇ ਮੁੰਡੇ ਕਹਿੰਦੇ ਬਾਈ ਤੂੰ ਪੰਜਾਬ ਲਈ ਲੜਾਈ ਲੜਦਾ ਤੇਰਾ ਤਾਂ ਅਸੀਂ ਟੋਲ ਕੱਢਦੇ ਨਹੀਂ ਸਾਰੇ ਮੁੰਡੇ ਕਹਿੰਦੇ ਨੇ ਮੈਂ ਤੁਹਾਡੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਪਰ ਮੈਂ ਲੋਕਾਂ ਵਾਂਗੂ ਉਹ ਜਿਹੜੀ ਗੱਲ ਆ ਵੀ ਅੱਖਾਂ ਵਿੱਚ ਕੇ ਨਹੀਂ ਮੈਂ ਲੰਘ ਸਕਦਾ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰੇ ਦਰਬਾਰੇ ਤੇ ਆਮ ਲੋਕਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਦੇ ਜਿੰਨੇ ਵੀ 92 MLA ਨੇਗੇ ਜਾਂ ਹੋਰ ਜਿਹੜੇ ਰਾਜਨੀਤਿਕ ਲੀਡਰ ਨੇਗੇ ਆ ਕਹਿਣਾ ਚਾਹੁੰਦਾ ਵੀ ਜਿਹੜਾ ਟੋਲ ਆ ਜਿਹੜੀ ਟੋਲਾਂ ਦੇ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਫਰਜ਼ ਕਰੋ ਅਸੀਂ ਬੱਸ ਦੇ ਵਿੱਚ ਬੈਠ ਕੇ ਜਾ ਰਹੇ ਹਾਂ ਬੱਸ ਵਾਲਾ ਕਿਰਾਇਆ ਜੇ ਮੈਂ ਕਿਹੜਾ ਪਟਿਆਲੇ ਦਾ 100 ਲੱਗਦਾ ਸੀ ਤਾਂ 200 ਰੁਪਏ ਕਰਤਾ ਹੁਣ ਕਿਰਾਇਆ ਪਟਿਆਲੇ ਦਾ ਇਹ ਬੱਸ ਵਾਲੇ ਜਿਹੜੇ ਆਮ ਮੁਸਾਫਰਾਂ ਨੂੰ ਉਹਨਾਂ ਨੂੰ ਵੀ ਇਹ ਜਿਹੜਾ ਇਸ ਟੋਲ ਦਾ ਜਿਹੜਾ ਮੰਨ ਕੇ ਚੱਲ ਹਰਜਾਨਾ ਭਰਨਾ ਪੈ ਰਿਹਾ ਟੋਲ ਦਾ ਜਿਹੜਾ ਉਹਨਾਂ ਦੇ ਵੀ ਉਹਨਾਂ ਦੇ ਵੀ ਜੇਬਾਂ ਦੇ ਵਿੱਚੋਂ ਪੈਸੇ ਜਾ ਰਹੇ ਨੇ ਜਿਹੜੇ ਬੱਸਾਂ ਦੇ ਵਿੱਚ ਲੋਕ ਜਾ ਰਹੇ ਨੇ ਹੁਣ ਬੱਸ ਵਾਲੇ ਵੀ ਇੱਥੇ ਟੋਲ ਭਰ ਕੇ ਲੰਘਦੇ ਨੇਗੇ ਇਸ ਕਰਕੇ ਮੇਰੀ ਬੇਨਤੀ ਸਰਕਾਰੇ ਦਰਬਾਰੇ ਇਹੀ ਆ ਕਿ ਆਹ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ ਇਹ ਲੁੱਟ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਨਹੀਂ ਤਾਂ ਲੋਕ ਤੁਹਾਨੂੰ ਪਤਾ ਕਿ ਪਹਿਲਾਂ ਜਿਹੜੇ ਪੰਜਾਬ ਦੇ ਲੋਕ ਨੇਗੇ ਹਾਲਾਤ ਕੀ ਨੇਗੇ ਪੰਜਾਬ ਦੇ ਲੋਕ ਕਰਜ਼ੇ ਦੇ ਵਿੱਚ ਡੁੱਬੇ ਪਏ ਨੇਗੇ ਆਹ ਜਿਹੜਾ ਨਵਾਂ ਜਿਹੜਾ ਲੋਕਾਂ ਦੇ ਉੱਪਰ ਬੋਝ ਬਣ ਰਿਹਾ ਇਹ ਬਹੁਤ ਵੱਡਾ ਬੋਝ ਹੈ ਅਸੀਂ ਮੈਂ ਇਹ ਗੱਲ ਕਹਿਣਾ ਵੀ ਪੈਜ ਹੋਣੀ ਚਾਹੀਦੀ ਹੈ ਅੱਧੀ ਪਰਚੀ ਹੋਣੀ ਚਾਹੀਦੀ ਹੈ ਜਿੱਥੇ 200 ਉੱਥੇ 100 ਹੋਣਾ ਚਾਹੀਦਾ ਹੈ ਜਿੱਥੇ 100 ਆ ਉੱਥੇ 50 ਰੁਪਏ ਹੋਣੀ ਚਾਹੀਦੀ ਹੈ ਇਹ 50 ਰੁਪਏ ਪਰਚੀ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਦਾ ਜਿਹੜਾ ਲੜਕੇ ਜਿਹੜੀ ਇਹਦੀ ਇਕੱਠੇ ਹੋ ਕੇ ਜਿਹੜਾ ਇਹਦਾ ਅੰਦੋਲਨ ਸ਼ੁਰੂ ਕਰਨਾ ਤਾਂ ਸਾਨੂੰ ਹੱਕ ਬਣਦਾ ਮੈਂ ਕੋਈ ਪਹਿਲੀ ਵਾਰੀ ਨਹੀਂ ਬੋਲ ਰਿਹਾ ਮੈਂ ਤੁਹਾਡੇ ਸਾਹਮਣੇ ਕਿੰਨੇ ਟੋਲ ਤੋੜੇ ਨੇਗੇ ਪਹਿਲਾਂ ਤੋਂ ਯਾਦ ਕਰ ਲਓ ਕਿ ਆਪ ਚੱਕ ਕੇ ਪੁਰਾਣੀਆਂ ਵੀਡੀਓ ਦੇਖ ਲਓ ਜਿੰਨੇ ਇਹਨਾਂ ਦੀ ਗੁੰਡਾਗਰਦੀ
गुंडिया ने मचाई उन्होंने मैं पूरा सिर डा के मत्था लाया। कई सालों ने वीडियो पुरानियां चक के देख लो, जे बाहरले मुंडे नूं इत्थे मुंडे नूं लिया के बाहरले नूं भर्ती करदे ने तां उन्हां दी मैं लड़ाई लड़ी सीगी, उन्हां नूं भी उत्थे बहाल कराए सीगे सी। मुंडे नूं जिहड़े टोल ते पंजाबी मुंडे नूं टोलां ते कढ़िया जा रहा उन्हां दी भी लड़ाई लड़ी सीगी। ते असीं जे जिहड़ियां इह बाहरलियां कंपनियां ने गियां बहुत वड्डी लुट्ट सुट मचा रहियां ने, इह मैं सरकार दे ध्यान दे विच गल लिआउणा चाहुंदा। सरकार नूं इस गल ते ध्यान देना चाहीदा, पंजाब सरकार दा इस गल ते बिल्कुल ध्यान नहीं हैगा। हाँ, जिहड़े इन्हां ने लोकां नूं जमीनां खरीदियां ने गियां, सड़कां बनाईयां ने, पैसा खर्च किया, तो इन्हां दा दो सालों के पैसा सारा पूरा हो चुका। हुण जे असीं भाई एक गल मैं पहला भी यह गल बोली है भी टोल लगता कहदा है, भी टोल तुसीं लाए कहदा लै रहे हो। सब तो वड्डी गल है भी जिहड़ी असीं गल दसदे भी साइडां दे सड़कां दे जिहड़े साइडां दे उपर दरख्त लगे हुंदे ने उन्हां दा पानी भी इन्हां ने पाउणा हुंदा, साइडां दे दरख्त भी इन्हां ने चलाउणे हुंदे ने गे। ते दूजी गल, जे कोई किसी दा एक्सीडेंट हो गया एंबूलेंस उहदे लई 10 किलोमीटर ते खड़ी होनी चाहीदी है, जे किसी दी गड्डी खराब हो गई तां टो वाली गड्डी खड़ी होनी चाहीदी है। तो रोड कितों खराब नहीं होना चाहिए, रोड साफ सुथरा होना चाहिए, तो रोड उपर कोई जाम नहीं लगना होना लग्या होना चाहिए। इन्ना जिहड़ा चीज़ों का टोल टैक्स लगता, इस करके मैं यह गल कहना चाहना यह जिहड़ियां फैसिलिटियां ने कोई भी इन्होंने कोई जिहड़ी सहूलत नहीं मिलती। हाँ, मानदा किसी टोल पर खड़ी हो गड्डी एंबूलेंस खड़ी हो मैं मान लैंना, पर मौके पर नहीं पहुँचती, वह 10 किलोमीटर तो नहीं होंगी। लोगों का इतने तुम्हें पता कि जो किसी दुर्घटना हो जाए उ बंदा मर जाता, इस करके ये जी गल है। तो दूजी जी गल मैं कही है कि टो वाली गड्डी किसी गड्डी पेंचर हो गई, इतों तक कि गड्डी पेंचर हो गई तो वह भी इन्हों का जो असं टैक्स दिने वह भी इन्हों की जिम्मेवारी है कि गड्डी टो करके कितने लैके जाना, गड्डी छड़ के आना। ये सारिया चीज़ों का टोल टैक्स लगता हों, कि बाथरूम नहीं चलते इन्हों के, कई थावान जो बाथरूम ने गए बंदा टोल से खड़ के बाथरूम कर सकता है, बाथरूम भी इन्हों के बंद पे ने गए कई थावान तुम जाके देख लो। इस करके नजायज़ जी लुट खसुट हो रही है कई थावान पर, जो अं जगराओं तो अं जलंधर वर नूं जाने नकोदर साइड जाने उत्थे जमा सड़क टुटी पी है, लोग उत्थों के अन्ने बोले ने गे, वो सड़क तो कोई बोलता नहीं गा, सिंगल सड़क से टोल लाई जाते हैं, सिंगल सड़क में टोल लगी जाता जिहड़ियां कि पंजाब गवर्नमेंट के खर्चे जो बनिया हुई ने गियां, उन्हां दे उपर लिया के बाहरलियां कंपनियां वाधू खर्चा लाई जांदियां ने गियां। इस करके मेरी ये थोड़े अगे बेनती है जिहड़ी लुट खसुट हो रही है इहदे ते मैं पहलां तो ही आवाज़ बुलंद करदा भी इहदे ते कोई डट के जिहड़ा कोई नवां अंदोलन विढ़ीए। मैं पहला ही बहुत बारी बिट के देखा पर लोग साथ नहीं, लोग आराम ना कोल दी कहते भी असीं की लैना, फिर कहते हैं कि इतने कला कला करी जाता जी खर्चा बहुत पैंदा जी की पैंदा। इस करके सरकार यही गल कहना चाहते हैं भी 200 की जगह परची 100 रुपए की होनी चाहिए है, 100 रुपए की जगह आने जाने की परची 50 रुपये होनी चाहिए है। ये नजायज़ जी लुट खसुट हो रही है, लोगों की बहुत ज़्यादा लुट खसुट हो रही है, इस गल वाल जरूर ध्यान दिता जाए। तो जिहड़ियां नजायज़ सड़कों के उपर टोल लगे ने गे, सिंगल सड़कों के उपर टोल लगे ने, वो बंद होने चाहिए ने। तो जिहड़ियां सानू जी टोल तुसीं लै रहे हो, जिहड़ा खर्चा तुसीं टैक्स लै रहे हो, उहदा सानू 10 किलोमीटर ते एंबूलेंस टो वाली गड्डी दरख्त साइडां ते जिहड़ा पानी पाउणा उहनां दा खर्चा, ये सारे जिहड़ा ना जिहड़ियां सहूलतां दा खर्चा उहनां दे विचों वाजिब सानू मिलने चाहीदे ने। ये साडी ये मैं लोकां अगे रखदा ते इह साडी मेरी मंग है। तो जरूर असीं कहिंदे आ भी मैं तां पहलां तां वी लड़ाई शुरू करी आ भी इह अंदोलन शुरू करना पैणा, इह जिहड़ियां बाहरलियां कंपनियां ने बापू ने बहुत वधिया गल की है, मैं गल भुल गया, 60 किलोमीटर मेल कला जाओ तां 60 किलोमीटर हैगा इक बापू जी ने, मैं उही गल करना, ये गल मेरी करने वाली रह गई सीगी। जिहड़ा टोल आ भाई ये 60 किलोमीटर तो बाहर लगता टोल, जिहड़ा जिवें हुण इत्थे लग्या प्लाजा ये अगे 60 किलोमीटर के बाद होना चाहिए, ये 30-30, 20-20, 50-50 या 40-40 किलोमीटर के पिछ लाए पहले 60 किलोमीटर तो बाद टो होना चाहिए। तो दूजी गल इतने ना एक मेरे को पिछले जो गल आई थी आ जो पिछला इधर लग्या हुआ टोल इधर अपना जो इधर बाजा खाना जाने कैंचियों का टोल लग्या हुआ उतों का एक ना स्कूल वैन है नाल लंघन सारी उन्हें स्कूल वैन के मन के चल मुंडा सदना होंगे स्कूल वैन तो उन्होंने वो टोल वाले कहते स्कूल तो ही टैक्स कटना है। हुण उन्हां दी जिहड़ी परिवार की मजबूरी यह बन गई कि असी बच्चे नहीं पढ़ाते यार हुण जे असी सानूं टोल असी इन्ना अद्धे किलोमीटर खातर कितने टोल दईए कितने टैक्स दईए। ये जिहड़े पिंड ने गे 10-10 पिंड जिहड़े वो पिंड आउंदे ने वो अपना पिंडां दी अपना एकता बना के वो अपना टोल फ्री करा सकदे ने गे, वो किन्ने किलोमीटर का दायरा पता नहीं 10 किलोमीटर का दायरा हो 21 किलोमीटर का दायरा उहदे विच तुसीं पिंडां वाले रल के जिहड़ा टोल फ्री करा सकदे हो, वो पिंडां दे विच एकता होनी चाहीदी है। एक गल इह आ भी खड़ता ते तूं पा बीण बीण भी बीण मैं बजाऊंगा, लोगों को यह भी लड़ाइया कोई होर बोल रहे इसका बोली ही ना, असं तो लोग आप तो बोलने तैयार ही नहीं है। इस करके कला कला बंदा बोलिया करो जिते थोड़ी लुट हो रही है जिते थोड़ी कसुट हो रही है,
ਇਹ ਵੀ ਜਿਹੜੀ ਬਾਪੂ ਨੇ ਗੱਲ ਕਹੀ ਆ ਵੀ 60 ਕਿਲੋਮੀਟਰ ਤੋਂ ਬਾਅਦ ਟੋ ਹੋਣਾ ਚਾਹੀਦਾ ਉਹ ਤਾਂ 60 ਕਿਲੋਮੀਟਰ ਤੋਂ ਬਾਅਦ ਤਾਂ 30 ਤੇ 20 ਕਿਲੋਮੀਟਰ ਦੇ ਵਿੱਚ ਫੋਕੇ ਪੈ ਨੇਗੇ ਇਸ ਚੀਜ਼ ਵੱਲ ਵੀ ਜ਼ਰੂਰ ਧਿਆਨ ਦੇ ਹੁਣ ਅਸੀਂ ਅੱਗੇ ਜਾਣਾ ਉੱਥੇ ਇਹ ਸਟੇਟ ਦਾ ਜਾਣ ਕੇ ਨਹੀਂ ਲਾਉਂਦੇ ਇਹਨਾਂ ਦੀ ਮਜ਼ਬੂਤਾ ਜਿਹੜੇ ਵਜ਼ੀਰ ਨੇ ਸਰਕਾਰਾਂ ਦੇ ਪੰਜਾਬ ਸਟੇਟਾਂ ਦੇ ਇਹ ਜਾਣ ਕੇ ਨਹੀਂ ਲਾਉਂਦੇ ਫਾਸਟ ਟਰੈਕ ਜਿਹੜੀ ਸੈਂਟਰ ਦੀ ਸਰਕਾਰ ਦੀ ਟੂਲ ਰੋਡ ਹੈਗਾ ਉਹਦੇ ਤੇ ਫਾਸਟ ਟਰੈਕ ਮਿਲੂ ਤੁਹਾਨੂੰ ਜਿੰਨੇ ਸਟੇਟ ਦੇ ਜਿਵੇਂ ਇਹਨੇ ਕਾਕੇ ਨੇ ਗੱਲ ਕਰੀਏ ਨਕੋਦਰ ਹੈ ਮਹਿਲ ਕਲਾ ਹੈ ਜਾਂ ਪੱਖੋ ਕੈਂਚੀਆਂ ਹੈ ਉਹਨਾਂ ਟੂਲਾਂ 'ਤੇ ਤੁਹਾਨੂੰ ਫਾਸਟ ਟਰੈਕ ਨਹੀਂ ਮਿਲਦਾ ਸਾਡੇ ਟਰੱਕਾਂ ਵਾਲਿਆਂ ਨਾਲ ਇੰਨਾ ਧੱਕਾ ਹੁੰਦਾ ਅਸੀਂ ਤਾਂ ਹੁਣ ਲਗਾਈ ਬੈਠੇ ਹਾਂ ਸਾਰੇ ਫਾਸਟ ਟਰੈਕ ਦੇ ਹਿਸਾਬ ਨਾਲ ਪੈਸੇ ਪਵਾ ਦਿੰਦੇ ਹਾਂ ਖਾਤੇ 'ਚ ਵੀ ਡਰਾਈਵਰ ਨੇ ਜਾਣਾ ਜਿੱਥੇ ਸਟੇਟ ਦਾ ਆ ਜਾਂਦਾ ਉੱਥੇ ਮਨ ਮਰਜ਼ੀ ਨਾਲ ਕੋਈ 900 ਲੈ ਲੈਂਦਾ ਕੋਈ 400 ਲੈ ਲੈਂਦਾ ਕੋਈ 300 ਲੈ ਲੈਂਦਾ ਡਰਾਈਵਰ ਵਿਚਾਰੇ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਕੁੱਟਦੇ ਨੇ ਉਹਨਾਂ ਨੂੰ ਮਾਰਦੇ ਨੇ ਇਹ ਡਰਾਈਵਰਾਂ ਦੇ ਨਾਲ ਸਟੇਟ ਦੇ ਜਾਣ ਕੇ ਸਟੇਟ ਵਾਲਿਆਂ ਨੇ ਬੜਾ ਹੋਇਆ ਜਦੋਂ ਸੈਂਟਰ ਸਰਕਾਰ ਨੇ ਕਹਿਤਾ ਵੀ ਸਭ ਤੋਂ ਫਾਸਟ ਟਰੈਕ ਨਾਲ ਕੱਟਿਆ ਜਾਓ ਟੂਲ ਵੀ ਹੱਥ ਨਾਲ ਤੁਸੀਂ ਕੱਟ ਨਹੀਂ ਸਕਦੇ ਇਸ ਕਰਕੇ ਤੁਹਾਡੇ ਅੱਗੇ ਆਹੀ ਬਹੁਤ ਕਪੜੇਬਾਜ਼ੀਆਂ ਨੇ ਇਹ ਸਟੇਟਾਂ ਦੀਆਂ ਸਰਕਾਰਾਂ ਦੀਆਂ ਬਹੁਤ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਹੁਣ ਮੈਂ ਜੇ 9 ਲੈਣ ਲੱਗ ਜਾਂ ਤਾਂ ਮੈਂ 20 ਬੰਦੇ ਗਣਾ ਦੇਣਾ ਸਰਕਾਰਾਂ ਦੇ ਚਾਹੇ ਅਕਾਲੀਆਂ ਦੇ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਹੁਣ ਆਪ ਵਾਲੇ ਨੇ ਆਪ ਵਾਲੇ ਨੇ ਤਾਂ ਹਜੇ ਸਾਨੂੰ ਐਂ ਕਹਿੰਦੇ ਨੇ ਵੀ ਟਾਈਮ ਦਿਓ ਜੀ ਲੈ ਠੀਕ ਆ ਵੀਰੇ ਮਿਹਰਬਾਨੀ ਜੀ ਓਕੇ ਜੀ ਧੰਨਵਾਦ ਥੈਂਕ ਯੂ ਬਾਈ ਬਸ ਆਡੀਓ ਦਾ ਠੀਕ ਆ ਬਾਈ ਚਲੋ